ਟੈਲੀਵਿਜ਼ਨ ਦੀ ਡੇਢੀ ਔਰ ਡੇਢੀ ਦਾ ਸਫ਼ਰ ਜਨਾਬ ਬਿਲਕੁਲ ਕਦੇ ਪਿਛਲੇ ਜੁਮੇ ਤੁਸੀਂ ਦੇਖਿਆ ਹੋਵੇ ਤੇ ਤੁਸੀਂ ਯਕੀਨਨ ਪਤਾ ਹੋਸੀ ਲੇਕਿਨ ਕਦੇ ਤੁਸੀਂ ਨਹੀਂ ਦੇਖਿਆ ਕਿ ਪਿਛਲੇ ਜੁਮੇ ਸਾਡਾ ਪ੍ਰੋਗਰਾਮ ਤੇ ਤੁਸੀਂ ਮੈਂ ਦੱਸ ਛੋਣਾ ਅੱਜ ਜ਼ਿਲ੍ਹਾ ਤੇ ਤਹਿਸੀਲ ਐਬਟਾਬਾਦ ਦਾ ਇਲਾਕਾ ਔਰ ਗਲੀਆਂ ਦਾ ਜੰਨਤ ਨਜ਼ੀਰ ਇਲਾਕਾ ਕੂਜ਼ਾ ਗਲੀ ਵਿੱਚ ਅਸੀਂ ਮੌਜੂਦ ਹਾਂ ਅਯੂਬੀਆ ਔਰ ਖਾਨਸਪੁਰ ਕੋਲ ਇਲਾਕਾ ਬਲਕਿ ਇੱਥੋਂ ਹੀ ਥੋੜਾ ਜਿਹਾ ਅੱਗੇ ਤਕਰੀਬਨ 25 ਕਿਲੋਮੀਟਰ ਅੱਗੇ ਮਰੀ ਏ ਔਰ ਇਸ ਪਾਸੇ ਸਾਰੇ ਗਲੀਆਂ ਤੇ ਕਣੇ ਜੰਗਲ ਹਨ ਔਰ ਇਹ ਆਬਾਦੀਆਂ ਅੱਜ ਸਾਡੀ ਡੇਢੀ ਇੱਥੇ ਸਜੀ ਦੀ ਏ ਔਰ ਇਸ ਡੇਢੀ ਦਾ ਖਾਸ ਤੌਰ ਤੇ ਆਰ ਕੀਤਾ ਜੀ ਮਹਿਕਮੇ ਜੰਗਲਾਤ ਹਜ਼ਾਰਾ ਡਿਵੀਜ਼ਨ ਔਰ ਉਹਨਾਂ ਸਾਡੇ ਨਾਲ ਤਾਉਨ ਕੀਤਾ ਹਰ ਤਰ੍ਹਾਂ ਦਾ ਔਰ ਜੰਗਲਾਤ ਤੇ ਆਲਾ ਅਫਸਰਾਂ ਔਰ ਇਹਨਾਂ ਦੇ ਕਾਰਕੁਨ ਸਾਰੇ ਇੱਥੇ ਮੌਜੂਦ ਹਨ ਬਾਕੀ ਇਸ ਇਲਾਕੇ ਦੇ ਜਿਹੜੇ ਲੋਕ ਹਨ ਜਿਹੜੇ ਨੇੜੇ ਤੇੜੇ ਗ੍ਰਾਮਾਂ ਦੇ ਲੋਕ ਹਨ ਉਹ ਵੀ ਸਾਡੀ ਡੇਢੀ ਵਿੱਚ ਆਏ ਦਿਨ ਇਸ ਤੋਂ ਪਹਿਲੇ ਕਿ ਜਿਨ੍ਹਾਂ ਲੋਕਾਂ ਨਾਲ ਪਿਛਲੇ ਜੁਮੇ ਗੱਲ ਨਹੀਂ ਹੋ ਕਿ ਉਹਨਾਂ ਨਾਲ ਗੱਲ ਕਰਾਂ ਸਵਾਤੀ ਮਾਮੇ ਦੀ ਸ਼ਾਇਰੀ ਮੇਰਾ ਖਿਆਲ ਥੋੜੀ ਜੀ ਅਸੀਂ ਸ਼ਾਮਿਲ ਕਰਕੇ ਨਾ ਸਵਾਤੀ ਮਾਮਾ ਮੇਰੇ ਦੋ ਗ੍ਰਾਈਂ ਇੱਥੇ ਆਏ ਦਿਨ ਉਹਨਾਂ ਦਾ ਨਾਂ ਅਸਾਂ ਨਹੀਂ ਕਹਿਣਾ ਗਿਆ ਤੁਸਾਂ ਦੀ ਡੇਢੀ ਵਿੱਚ ਬਹਿਣੇ ਅਸੀਂ ਉਹ ਮਕਸੂਦਾਂ ਤੋਂ ਹੁੰਦੀ ਬਾਣੀ ਤੋਂ ਬਸਤੀ ਸ਼ੇਰ ਖਾਨ ਤੋਂ ਬਾਬੂ ਨਸੀਮ ਸਾਹਿਬ ਬੈਠੇ ਦੇ ਨੇ ਸਰਦਾਰ ਮੁਹੰਮਦ ਆਸਫ ਸਾਹਿਬ ਆਏ ਦੇ ਨੇ ਤੇ ਮੈਂ ਨਾ ਡੇਢੀ ਵਿੱਚ ਹਰਕਤ ਦੇ ਆਖਣਾ ਜਨਾਬ ਬੜੀ ਬੜੀ ਮਿਹਰਬਾਨੀ ਚਲੋ ਜੀ ਚਲੋ ਨਜ਼ਮੇ ਸੁਣਾਣੀ ਹੈ ਜੀ ਮਲਕ ਸਾਹਿਬ ਪਹਿਲੇ ਵੀ ਕਦੇ ਕਦੇ ਸੁਣਾਈ ਗਈ ਡੇਢੀਆਂ ਪਤਾ ਨਹੀਂ ਕਿੱਧਰ ਗਈਆਂ ਲੇਕਿਨ ਹੁਣ ਇਸ ਦੀ ਬਹੁਤ ਸਾਰਾ ਲੋਕਾਂ ਆਖਿਆ ਵੀ ਹੈ ਨਾ ਤੇਰੇ ਅਲੀ ਦਾ ਸੁਣਾਉਂਦਾ ਵਾ ਤੁਸੀਂ ਸੁਣਾ ਬੇ ਚੰਗਾ ਭਲਾ ਜਾਣਾ ਵਿਆਹ ਰਿਹਾ ਦਾ ਬਾਲ ਬੱਚੇਦਾਰ ਏ ਉਹ ਘਰੇ ਵੀ ਕੋਈ ਥੋੜੀ ਬਹੁਤ ਟਾਕ ਟੋਕ ਹੁੰਦੀ ਰਹਿੰਦੀ ਇਨਸਾਨ ਉਹ ਕਿਹੜੇ ਦਿਲੇ ਵੀ ਰੱਖਦਾ ਰਿਹਾ ਇੱਕ ਦਿਨ ਮੌਕਾ ਮਿਲਿਆ ਨਵਾਂ ਵਿਆਹ ਕਰ ਕੇ ਤੇ ਘਰੇ ਆ ਰਿਹਾ ਜਨਾਨੀ ਨਾਲ ਕੀਤੀ ਹੋਈ ਆਣ ਕੇ ਘਰ ਆ ਬੜਾ ਉਹ ਪਹਿਲੇ ਵਾਲੀ ਬੇਚਾਰੀ ਬਾਣੇ ਦੀ ਬੰਜੀ ਤੇ ਬੈਠੀ ਇੱਧਰ ਉੱਤੇ ਦੇ ਸਲੀਪਰ ਤਲੇ ਰੱਖੇ ਕੁੜੀ ਦੇ ਸਿਰ ਵੀ ਫਲੋਰ ਦੀ ਬੇਚਾਰੀ ਪੀਲੀ ਪਫੜ ਕੀਤੀ ਹੋਈ ਸਤਨ ਗਲੀ ਦੀ ਗੱਲ ਕਰ ਅੱਛਾ ਉਹ ਅੰਦਰ ਆ ਰਿਹਾ ਜਨਾਬ ਵਾਲੀ ਨਵੀਂ ਜਨਾਨੀ ਕਹਿਣ ਕੇ ਖੁਸ਼ੀ ਨਾਲ ਹੀ ਤਾਂ ਮਿਟਦਾ ਹੇ ਕਮਰਾ ਵੀ ਤੇਰਾ ਉਹ ਵੀ ਤੇਰਾ ਹੇ ਪਸਾਰ ਵੀ ਤੇਰਾ ਉਹ ਬਾਥਰੂਮ ਵੀ ਤੇਰਾ ਉਹ ਤੰਗ ਕਰ ਮਾਰਿਆ ਨੂੰ ਠੀਕ ਕੀਤਾ ਜੇ ਕੋਈ ਕੀਤਾ ਉਹ ਨੱਕੋ ਨੱਕ ਕਰ ਛੋੜਿਆ ਨੇ ਉਹਨੂੰ ਸਭ ਪਤਾ ਮੈਂ ਗਲਤ ਕੰਮ ਕਰ ਆਇਆ ਸੰਭਾਲੋ ਨੀ ਪਿਓ ਗਲਤ ਕਿਉਂ ਵਿਆਹ ਕੀਤਾ ਨਾ ਦੇਖੋ ਵਿਆਹ ਸੰਭਾਲਣਾ ਵੀ ਹੁੰਦਾ ਨਾ ਵਿਆਹ ਤਾਂ ਸਾਰਿਆਂ ਦੇ ਲਾਤਾ ਵਿਆਹ ਕਰਾਂ ਪਰ ਅੱਗੇ ਘਰੇ ਖੜਨੇ ਦਾ ਮਸਲਾ ਹੁੰਦਾ ਠੀਕ ਹੈ ਹੁਣ ਜਨਾਬ ਬੈਲੀ ਇੱਥੋਂ ਇੰਦਕੋ ਦੀ ਨਜ਼ਮ ਪੇਸ਼ ਕਰਨਾ ਆਪਣਿਆਂ ਦੋਸਤਾਂ ਭਰਾਵਾਂ ਔਰ ਕਾਬਲੇ ਕਦਰ ਮਤਲਬ ਜੰਗਲਾਤ ਤੇ ਦੋਸਤਾਂ ਅਫਸਰਾਂ ਦੇ ਅੱਗੇ ਤੇ ਉਹ ਜਿਹੜੇ ਗੱਲਾਂ ਕਰ ਕਰਕੇ ਰਿਹਾ ਤਾਂ ਪਹਿਲੇ ਵਾਲੀ ਜਨਾਨੀ ਆਤੀ ਹੈ ਫੁੱਲਾਂ ਹਰ ਜਿੰਦੜੀ ਮੇ ਤੇਰੇ ਅੱਗੇ ਗਾਲੀ ਫੁੱਲਾਂ ਹਰ ਜਿੰਦੜੀ ਮੇ ਤੇਰੇ ਅੱਗੇ ਗਾਲੀਏ ਅੱਜ ਨਾ ਹਾਸੇ ਨਾ ਬੁੱਲੀਆਂ ਤੇ ਲਾਲੀਏ ਉਹ ਕਿਹੜੀ ਗੱਲੋਂ ਤੂੰ ਤਾਂ ਕਦੇ ਥੋੜ ਮੈਂ ਲਾਈਏ ਤੁਝ ਕੇ ਸੋਚ ਕੇ ਛੋੜ ਵਿਆਈਏ ਕਿਹੜੀ ਗੱਲ ਤੂੰ ਤਾਂ ਕਹਿੰਦੇ ਥੋੜ ਮੈਂ ਲਾਈਏ ਤੁਧ ਕੇ ਸੋਚ ਕੇ ਥੋੜ ਵੇ ਆਈਏ ਛੋੜ ਵੇ ਆਈਏ ਛੋੜ ਵੇ ਆਈਏ ਬਾਤ ਹੈ ਉਹ ਤੂੰ ਤਾਂ ਸਮਝਾਉਂਦਾ ਰਿਹਾ ਬਾਜ਼ ਨਹੀਂ ਆਈਏ ਕਹਾਣੀਆਂ ਸੁਣਾਉਂਦਾ ਰਿਹਾ ਬਾਜ਼ ਨਹੀਂ ਆਈਏ ਉਹ ਤੁਧ ਕਦੇ ਦਿਲੇ ਨਾਲ ਪਿਆਰ ਹੀ ਨਹੀਂ ਕੀਤਾ ਦਿਲੇ ਵਾਲੀ ਗੱਲਾਂ ਦਾ ਇਜ਼ਹਾਰ ਹੀ ਨਹੀਂ ਕੀਤਾ ਤੁਧ ਕਦੇ ਦਿਲੇ ਨਾਲ ਪਿਆਰ ਹੀ ਨਹੀਂ ਕੀਤਾ ਦਿਲੇ ਵਾਲੀ ਗੱਲਾਂ ਦਾ ਇਜ਼ਹਾਰ ਹੀ ਨਹੀਂ ਕੀਤਾ ਪੰਜੇ ਟਾਈਮ ਰੋਲਾ ਤੇ ਮਗਜ਼ੇ ਚਟਨੀ ਏ ਧੁਨ ਕੇ ਛਕੇਰ ਤੂੰ ਮੇਰੇ ਅੱਗੇ ਸਟਨੀ